ਨਨਦ ਸਾਹਿਬ ਦੀ ਬਾਣੀ ਹੈ ਜਦੋਂ ਮੈਂ ਗੁਰੂ ਅਮਰਦਾਸ ਜੀ ਦੀ ਨਨਦ ਸਾਹਿਬ ਦੀ ਬਾਣੀ ਪੜਨ ਲੱਗਿਆ ਨਾ ਉਹ ਲਿਟਰੇਚਰ ਜਦੋਂ ਮੈਂ ਪੜਿਆ ਤੇ ਕਾਫੀ ਚੀਜ਼ਾਂ ਸਮਝ ਆਈਆਂ ਵੀ ਡਿਪਰੈਸ਼ਨ ਹੋਲਡ ਕਰਕੇ ਰੱਖਿਆ ਹੋਇਆ ਇੱਕ ਥਾਟ ਹੈ ਨਾ ਕਿ ਫਲੋ ਆ ਹੋ ਉਹ ਕਹਿੰਦੇ ਏ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂੰ ਜਗ ਮਹਿ ਆਇਆ ਆਪਣੇ ਆਪ ਨਾਲ ਗੱਲ ਤੁਸੀਂ ਕਰਕੇ ਦੇਖਿਆ ਕਰੋ ਤੁਸੀਂ ਆਪਣੇ ਨੂੰ ਪੁੱਛਿਆ ਕਰੋ ਵੀ ਇਹ ਸਰੀਰ ਮੈਨੂੰ ਮਿਲਿਆ ਹੈ ਸਰੀਰ ਤੂੰ ਕੀ ਕਰਨ ਆਇਆ ਹੈ ਜਨਮ ਦੇ ਵਿੱਚ ਤੂੰ ਡਿਪਰੈਸ਼ਨ ਲੈਣ ਆਇਆ ਹੈ ਤੂੰ ਬਿਮਾਰੀਆਂ ਨੂੰ ਸੱਦੇ ਲੈਣ ਆਇਆ ਤੂੰ ਹਮੇਸ਼ਾ ਲੜਨ ਵਾਸਤੇ ਪੈਦਾ ਹੋਇਆ ਤੂੰ ਹਮੇਸ਼ਾ ਗਾਲੀ ਗਲੋਚ ਕਰਨ ਲਈ ਪੈਦਾ ਹੋਇਆ ਜਾਂ ਤੂੰ ਸਿਰਫ ਸ਼ਰਾਬ ਪੀਣ ਲਈ ਪੈਦਾ ਹੋਇਆ ਜਾਂ ਡਰੱਗਸ ਲੈਣ ਲਈ ਪੈਦਾ ਹੋਇਆ ਪੁੱਛੋ ਤਾਂ ਸਹੀ ਦੇਖੋ ਕਿੰਨਾ ਵਧੀਆ ਲੌਜੀਕ ਸਮਝਾਇਆ ਗੁਰੂ ਅਮਰਦਾਸ ਜੀ ਨੇ ਪ੍ਰੈਕਟੀਕਲੀ ਚੀਜ਼ਾਂ ਸਮਝਾਈਆਂ ਨੇ ਸਾਰੀਆਂ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਾਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਜਿਹੜੇ ਇਨਸਾਨ ਜਿਹੜੀ ਸ਼ਕਤੀ ਨੇ ਪਰਮਾਤਮਾ ਨੇ ਇਹ ਚੀਜ਼ ਬਣਾਈ ਹੈ ਉਹ ਦਾ ਗਿਆਨ ਮਨ ਚ ਧਾਰਨ ਦੀ ਵਜਾਏ ਤੂੰ ਹਰ ਵਿਕਾਰ ਮਨ ਚ ਬਿਠਾਇਆ ਹੋਇਆ ਆਪਣੇ ਦੇਖੋ ਦੱਸ ਦੋ ਜਿਹੜਾ ਬੰਦਾ ਕੁਰੂਰਤਾ ਵਰਤਦਾ ਉਹਦੇ ਮਨ 'ਚ ਆਪਾਂ ਕਦੇ ਕਹਿ ਦਿੰਨੇ ਵੀ ਯਾਰ ਇਹ ਤਾਂ ਰੱਬ ਹੀ ਨਹੀਂ ਵੱਸਦਾ ਇਹ ਤਾਂ ਮਾੜੇ ਕੰਮ ਕਰਦਾ ਇਹਨਾਂ ਤਾਂ ਰੱਬ ਦਾ ਬਿਲਕੁਲ ਵੀ ਡਰ ਨਹੀਂ ਹੈਗਾ ਦੇਖੋ ਗੁਰੂ ਅਮਰਦਾਸ ਜੀ ਕਿੱਡੀ ਵਧੀਆ ਕਾਉਂਸਲਿੰਗ ਕਰਦੇ ਤੇ ਕਮਾਲ ਦੀ ਗੱਲ ਹੈ ਵੀ ਉਹ ਸਰੀਰ ਤੋਂ ਅਸੀਂ ਕੰਮ ਜਿਹੜੇ ਤੋਂ ਲੈਣਾ ਹੈ ਤੇ ਉਹਦੇ ਬਾਰੇ ਸਮਝਾ ਰਹੇ ਨੇ ਤੇ ਪੁੱਛਿਆ ਕਰੋ ਆਪਣੇ ਸਰੀਰ ਨੂੰ ਜਿੰਨੇ ਤੁਸੀਂ ਬੈਠੇ ਆਂ ਬੱਚਿਆਂ ਨੂੰ ਕੋਈ ਵੀ ਪੁੱਛ ਤੂੰ ਕੀ ਕਰਦਾ ਪਿਆ ਵੱਡਿਆਂ ਨੂੰ ਬਜ਼ੁਰਗਾਂ ਨੂੰ ਕਹੋ ਸਾਰਿਆਂ ਨੂੰ ਕਹੋ ਆਪਣੇ ਆਪ ਨੂੰ ਪੁੱਛ ਕੇ ਦੇਖੋ ਵੀ ਫਿਰ ਉਸ ਸ਼ਕਤੀ ਨੂੰ ਆਪਣੇ ਮਨ ਚ ਤੁਸੀਂ ਵਸਾਇਆ ਨਹੀਂ ਵਸਾਇਆ ਜੇ ਉਹ ਵਸਾਇਆ ਹੁੰਦਾ ਨਾ ਤੇ ਤੁਹਾਨੂੰ ਕਦੇ ਡਿਪਰੈਸ਼ਨ ਨਾ ਹੁੰਦਾ